ਮੈਂ ਸੋਹਣੇ ਉੱਤੇ ਮਿੰਬਰ ਤੇ ਬਹਿ ਕੇ ਕਿਸੇ ਇੱਕ ਕਸੀਦਾ ਪੜਿਆ ਬਾਦਸ਼ਾਹ ਦੀ ਅਜ਼ਮਤ ਦਾ, ਬਾਦਸ਼ਾਹ ਬਾਨ ਸ਼ੁਰੂ ਕਰ ਦਿੱਤਾ ਬਿਸਮਿਲ੍ਲਾਹ। ਜੋ ਸ਼ਾਬਾਨ ਜਨਾਬ ਅਬਾਸ, ਚਾਰ ਸ਼ਾਬਾਨ ਹੈ, ਛੱਬੀ ਤ੍ਰੈ ਸ਼ਾਬਾਨ ਹੈ, ਇਮਾਮ ਜ਼ਮਾਨਾ ਪੰਦਰਾਂ ਸ਼ਾਬਾਨ ਹੈ, ਮਹੀਨਾ ਮੇਰੇ ਮੌਲਾ ਦਾ। ਉਸ ਬਾਦਸ਼ਾਹ ਦੀ ਆਮਦ ਹੈ ਜਿਹੜਾ ਹਸਨੈਨ ਦਾ ਹੀ ਸਰਦਾਰ ਹੈ। ਮੇਰਾ ਦਿਲ ਹੈ ਮੈਂ ਕਸੀਦੇ ਸਾਰੇ ਮੌਲਾ ਦੀ ਇੱਜ਼ਤ ਦੇ ਸਲਵਾਰ ਤੋਂ ਚਿਕਣ ਵਾਲੇ ਮੁਹੰਮਦ ਜਿਤਨੇ ਮੈਂ ਕਸੀਦੇ ਪੜ੍ਹੇ ਨੇ ਤੁਹਾਡੇ, ਮੈਂ ਚੈੱਕ ਕੀਤੇ ਕਸੀਦਾ ਤਾਂ ਮੈਂ ਹੋਰ ਪੜ੍ਹਾਂ। ਕਸੀਦਾ ਮੈਂ ਹੁਣ ਪੜ੍ਹਨ ਲੱਗਾ ਤਾਂ ਮਿਹਨਤ ਨਾਲ ਪੜ੍ਹਨ ਲੱਗਾ। ਬਾਬਾ ਜੀ ਇਸ ਕਸੀਦੇ ਵਿੱਚ ਲਾਖਰੀ ਦੁਨੀਆਂ ਦਾ ਬਹੁਤ ਬੜਾ ਨਾਮ ਸੁਲਤਾਨ ਜ਼ਾਕਿਰ, ਬਾਬਾ ਰਿਆਜ਼ ਹੁਸੈਨ ਸ਼ਾਹ ਮੋਚਾ, ਮੁਲਕ ਬਤੂਲ ਦੇ ਪੁੱਤਰਾਂ ਮੈਂ ਇੱਜ਼ਤ ਦਿੱਤੀ ਹੈ। ਮੇਰੇ ਦਿਲ ਮੈਂ ਜਨਾਬ ਨੂੰ ਕਸੀਦਾ ਸੁਣਾਵਾਂ ਤੇ ਬਾਬੇ ਦੀ ਤਸਵੀਰ ਬਣਾਵਾਂ। ਕਰ ਮੰਗਦਾ ਹੈ ਤੋ ਮੌਲਾ ਹੈ ਕੁਲ
ਮੁੱਲ ਡਿਪਰੈਸ਼ਨ ਕਰਨ ਦੇ ਆ ਨਾਲ ਡਿਪਰੈਸ਼ਨ ਕਰਨ ਦੇ ਆ ਮੇਰਾ ਦਿਲ ਮੈਂ ਜਨਾਬ ਨੂੰ ਸੁਣਾਵਾ ਜੱਟਾ ਗਿਆ ਬਿੰਦ ਤੇਰਾ ਇਹ ਕੋਦ ਖੁਸ਼ ਰਹਾ ਮੈਂ ਜਿਦਾ جناب عمران فرمایا محمد مصطفیٰ بیٹا جی اے نام تخلیق کرو رکھو کائنات بادشاہ اشارہ کیتا اما تو سر رکھو سین فرمایا زیغم سین فرمایا حیدر جدو مرحب دے سامنے میرے بادشاہ سرکار فرمایا امی حیدر میری ماں نے میرا نام حیدر رکھے حیدر سرکاری نام رکھے زیغم جائیں جب دوہ ہستیاں نام رکھے آواز عبادت آئی ایک لازا رکھو میرا ہی تحت بڑھ گئے میں شیر پر لگاؤ کنات مالک اللہ بادشاہ جری آواز دیتی ہے مولا ہے پیو دا زیغم تیرا شیر چلیے کیونکہ میں خدا پالیے میرا ہی علیے میں شیر تخت میرے دل ہے.